ਉਸਮਾਨ ਇਸਨੇ ਮੇਰੀ ਨੀਂਦਰ ਬਰਬਾਦ ਕੀ ਹੈ। ਇਸਨੇ ਮੇਰੀ ਨੀਂਦਰ ਬਰਬਾਦ ਕੀ ਹੈ। ਇਸਕੋ ਪਕੜ ਕੇ ਮੈਨੇ ਛੋੜਨਾ ਨਹੀਂ ਹੈ ਇਸਕੋ। ਬੈ ਜੋ ਹੋਣਾ ਸੋਨੇ ਨਹੀਂ ਦੇਤੇ ਯੇ। ਇਹਨੇ ਮੇਰੀ ਜ਼ਿੰਦਗੀ ਬਰਬਾਦ ਕੀ ਹੋਈ ਹੈ ਦਿਨ ਭਰ ਰਾਤ। ਹੈ ਨਹੀਂ ਹੈ ਪੱਠੇ ਤੇਰੇ ਸਾਹਮਣੇ ਪੜੇ ਹੋਏ ਹੈ ਬੇ। ਸਾਰਾ ਸੋਨੇ ਹੀ ਨਹੀਂ ਦਿੱਤਾ ਬੈ। ਫਿਰ ਤੇਰੀ ਮਾਂ ਕਹਿੰਦਾ ਸੱਚੀ ਨਾ ਕਰ ਤੇਰੀ ਛੱਡ ਕੇ ਦੇ ਸਾਲਾ ਚੋਰ ਦਾ ਬੱਚਾ। ਚੱਲ ਮਾਰ ਕਿੱਕ ਕਿੱਕ ਮਾਰ। ਮੁਝੇ ਨਹੀਂ ਮਾਰਨੀ ਮੋਟਰਸਾਈਕਲ ਕਿੱਕ ਮਾਰਨੀ ਹੈ। ਇਹ ਹੈ ਮੇਰਾ ਪਿੱਛੇ ਗਰੀਬ ਖਾਨਾ। ਹੈ ਮਹਿੰਗਾਈ ਬੜੀ ਹੈ ਨਹੀਂ ਤਾਂ ਮੈਨੇ ਪਲਸਤਰ ਕਰ ਲੈਣਾ ਥਾ। ਕਿੱਧਰ ਹੈ ਬਈ ਕਿੱਧਰ ਜਾ ਰਿਹਾ ਹੈ ਫਿਰ ਬੋਲਾਂ ਤੇਰੀ ਕਿੱਧਰ। ਚੱਲ ਯਾਰ ਆਸਤਾ ਆਸਤਾ ਜਾਣੇ ਦੇ ਜਲਦ ਜਲਦ ਹੀ ਹੋ ਜਾਏ ਸ਼ਾਮ। ਗਾਇਜ਼ ਆਪ ਦੇਖ ਰਹੇ ਬਲੋਗ ਦਾ ਔਰ ਮੈਂ ਹੂੰ ਕਮੇਸ਼ ਆਜ਼ਾਦ। ਅੱਜ ਨਾ ਹਮਾਰੀ ਕਾਮ ਸੇ ਹੋ ਗਈ ਛੁੱਟੀ ਹੈ। ਹਮਨੇ ਨਾ ਹਮਾਰਾ ਮਜ਼ਦੂਰ ਜੋ ਨਾ ਬਿਮਾਰ ਹੋ ਗਿਆ ਥਾ ਉਸੇ ਨਾ ਬੁਖਾਰ ਹੋ ਗਿਆ ਥਾ ਤੋ ਹਮਾਰੀ ਨਾ ਜੋ ਯੇ ਘਰ ਗਵਾ ਹੈ ਹਮਾਰੀ ਨਾ ਕਾਮ ਸੇ ਛੁੱਟੀ ਹੋ ਗਈ ਤੋ ਮੈਂ ਸੋਇਆ ਹੁਆ ਥਾ ਘਰ। ਸੁਭਾਨ ਹਮਾਰੇ ਪਿੱਛੇ ਆ ਗਿਆ ਮੇਰੇ। ਸੁਭਾਨ ਕਹਿ ਰਿਹਾ ਚੱਲ ਜਾ ਕੇ ਨਾ ਮਾਰਬਲ ਲਗਾ ਕਿ ਘਰ ਮਾਰਬਲ ਲਗਾ ਰਿਹਾ ਨਾ ਮੇਰੇ ਮਾਮੂ ਕੇ ਬੇਟੇ ਕਾ ਬੇਟਾ ਹੈ ਤੋ ਉਹ ਆਇਆ ਪਿੱਛੇ। ਉਹ ਕਹਿੰਦਾ ਚਲੋ ਮਾਰੇ ਘਰ ਜਾ ਕੇ ਮਾਰਬਲ ਲਗਾ ਕਮਰੇ ਮੇ ਲੱਗਣਾ। ਬੜੀ ਕਮਾਲ ਕੀ ਨੀਂਦ ਆਈ ਹੋਈ ਸੀ ਮੈਂ ਤਾਂ ਸੋਇਆ ਹੋਇਆ ਥਾ ਮਜੇ ਕੇ ਸਾਥ। ਹੋਏ 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 ਮੈਨੂੰ ਲੱਗਦਾ ਮੈਨੂੰ ਜਾਣਾ ਪੈਣਾ ਹੈ ਜਾਣਾ ਪੈਣਾ ਹੈ। ਜੀ ਹਮ ਆ ਗਏ ਹੈ ਆਪਣਾ ਜਾਏ ਮੁਕਾਮ ਪੇ ਔਰ ਆਪਣੇ ਮਕਾਨ ਪੇ। ਇਹ ਦੇਖੇ ਇਸਕਾ ਨਕਸ਼ਾ ਟਿਪਲ ਸਟੋਰੀ ਹੈ। ਓਏ ਧੁੰਦਲਾ ਧੁੰਦਲਾ ਕਿਉਂ ਆ ਰਿਹਾ ਹੈ। ਅੱਛਾ ਉੱਪਰ ਸੂਰਜ ਹੈ ਇਸ ਲਈ ਧੁੰਦਲਾ ਆ ਰਿਹਾ ਹੈ। ਪਿਆਰਾ ਨਕਸ਼ਾ ਹੈ ਪਾਂਚ ਮਰਲੇ ਕਾ ਜੇ ਘਰ ਹੈ ਬੜਾ ਖੂਬਸੂਰਤ ਬਿਊਟੀਫੁੱਲ। ਓਏ ਮੁਝੇ ਅੰਦਰ ਵੜਤੇ ਪਾਣੀ ਲਗਾਇਆ ਪੱਥਰ ਕੋ ਬੜਾ ਅੱਛਾ ਕੀ ਹੈ। ਇਹ ਲਗਾ ਹੋਇਆ ਡਰਾਇੰਗ ਰੂਮ ਮੇ ਡਰਾਇੰਗ ਰੂਮ ਕੇ ਸਾਥ ਵੋ ਅਟੈਚ ਵਾਸ਼ਰੂਮ ਹੈ। ਹਾਏ ਔਰ ਯੇ ਗਰਾਜ ਹੈ ਐਂ ਔਰ ਯੇ ਤੇਰਾ ਥੋਬੜਾ ਹੈ। ਅੱਛਾ ਤੋ ਯੇ ਹੈ ਛੋਟਾ ਸਾ ਹਾਲ ਛੋਟਾ ਸਾ ਨਹੀਂ ਬੜਾ ਸਾ ਹਾਲ। ਧੁੰਦਲਾ ਧੁੰਦਲਾ ਕਿਉਂ ਆ ਰਿਹਾ ਯਾਰ ਹੈ। ਅੱਛਾ ਲੈਟੇ ਬੰਦ ਹੈ ਉਹ ਯੇ ਇੰਟਰ ਹੋਤੀ ਸਾਥ ਮੇ ਹੈ ਕਿਚਨ ਔਰ ਯੇ ਹੈ ਫਰਿੱਜ ਫਰਿੱਜ ਕੋ ਖਾਣ ਵਾਲੀ ਸ਼ਾਇ ਹੈ ਸੁਣੀਏ ਲੈ। ਓਏ ਔਰ ਯੇ ਫਿਰ ਹਮ ਹਾਲ ਮੇ ਆ ਗਏ ਹੈ। ਯੇ ਹੈ ਇੱਕ ਕਮਰਾ ਯੇ ਸੈਂਟਰ ਮੇ ਗਲੀ ਔਰ ਯੇ ਵੀ ਇੱਕ ਕਮਰਾ ਔਰ ਯੇ ਕਮਰੇ ਮੇ ਅਟੈਚ ਵਾਸ਼ਰੂਮ ਹੈ ਵੋ। ਅਬ ਮਾਜਾ ਵਾਪਸ ਨਿਕਲਦੇ ਆ ਨਹੀਂ ਹੈ ਮੇਰਾ ਗਲਾ ਖਰਾਬ ਹੋ ਗਿਆ ਹੈ। ਇਹ ਆ ਗਲੀ ਦੋ ਕਮਰੋਂ ਕੇ ਸੈਂਟਰ ਮੇ ਇੱਕ ਮਿੰਟ ਜ਼ਰਾ ਪੂਰਾ ਵਿਊ ਹੀ ਦਿਖਾਣੇ ਦੇ ਨਾ ਜ਼ਰਾ ਇੱਥੇ ਪਿੱਛੇ ਤੇ ਆ ਗਿਆ। ਇਹ ਹੈ ਜੋ ਕਮਰੋਂ ਕੇ ਦਰਮਿਆਨ ਗਲੀ ਇਸ ਗਲੀ ਮੇ ਹਮ ਹੋਣੇ ਲੱਗੇ ਹੈ ਐਂਟਰ। ਪਾਂਚ ਮਰਲੇ ਕਾ ਯੇ ਮਕਾਨ ਹੈ 2550 ਕਾ। ਇਹ ਅਟੈਚ ਵਾਸ਼ਰੂਮ ਔਰ ਯੇ ਹੈ OTS ਸੀਧਾ ਉੱਪਰ ਜਾ ਰਹੀ ਹੈ ਨਾਨ ਸਟਾਪ ਔਰ ਯੇ ਹੈ ਇਹ ਕਿਆ ਹੈ ਹਾਂ ਯੇ ਕੱਪੜੇ ਛੱਪੜੇ ਧੋਣੇ ਕੇ ਲੀਏ ਸਿਸਟਮ ਔਰ ਨਾ ਕੰਮ ਕਰਨੇ ਕੋ ਜ਼ਰਾ ਵੀ ਦਿਲ ਨਹੀਂ ਕਰ ਰਿਹਾ ਤਾਂ ਮੈਂ ਨਾ ਸੋਚ ਰਿਹਾ ਥਾ ਕਿ ਮੈਂ ਨਾ ਸੁਭਾਨ ਕੋ ਕੋਈ ਨਾ ਕੋਈ ਫਿਲਮ ਕਲਾਓ ਕਰਾਊਂ ਉਹ ਮੇਰੀ ਕੋਈ ਫਿਲਮ ਨਹੀਂ ਚੱਲ ਰਹੀ ਯਾਰ। ਬੜਾ ਵਜਨੀ ਹੈ ਜੇ ਬਹੁਤ ਭਾਰੀ ਹੈ। ਉਹ ਮੁਝੇ ਕੋਈ ਫਿਲਮ ਬਤਾਓ ਯਾਰ ਮੈਂ ਨਾ ਇਸ ਕੋਈ ਫਿਲਮ ਸੁਣਾ ਕੇ ਨਾ ਮੇਰਾ ਦਿਲ ਕਰ ਰਿਹਾ ਕਿ ਮੈਂ ਨਾ ਇੱਧਰ ਤਬਾਗ ਜਾਊਂ ਹੈ। ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਯੇ ਮਾਰੀ ਰੇਤ ਪੜੀ ਹੋਈ ਹੈ ਔਰ ਯੇ ਰੇੜੀ ਪੜੀ ਹੋਈ ਹੈ ਔਰ ਸਮਾਨ ਯੇ ਦੇਖੇ। ਉਹ ਕਹਿੰਦਾ ਮੈਂ ਖੁਦ ਮਜ਼ਦੂਰ ਬਣ ਜਾਤਾ ਹੂੰ ਲੇਕਿਨ ਮਾਰਾ ਕਮਰਾ ਹੈ ਜੋ ਨਾ ਵੋ ਨਿਕਾਲ ਦੋ ਜੋ ਮੈਨੇ ਆਪਕੋ ਦੀ ਕਹਿਆ ਨਾ ਕਮਰਾ ਖਾਲੀ ਖਾਲੀ ਥਾ ਜੋ ਪੜਾ ਹੈ ਪੀਛੇ। ਮੈਂ ਗਲੂਕੋਜ਼ ਵੀ ਹੂੰ ਓਏ
आ यार उधर चलते हैं, फीलिंग का पता कर जाते हैं, क्या कहते हुए हैं, चलिए चलिए। आ यार फीलिंग का पता कर लीजिए यार, हैं खूबसूरत ठंडा ठंडा मौसम बन गया, दो दिन हो गए थे कड़की बगी गर्मी पड़ रही थी, इतनी गर्मी हमको छाँव में भी पसीने आ रहे थे, और ना आज मैंने ना सारा अपने डोले बना लेने ना, मैं जिम जाया करता था, जे देखे मेरे डोले 6-4 के, और ओए मेरी फिल्म लगता है मुझे कामयाब हो गई है। ओए क्या कर रहा है यार तू, मुझे मुझसे देखा नहीं जाता यार, तू काम करता ना मैं, ओए जरा सबर करो ना, पढ़नी ओए ना कर लोदना ओए, मैंने तो नहीं लगाना सारा, तू ही लगाना है। मेरे तो एल लग गए, ये फिल्म नहीं मानी है, इसने मसाला बना दिया, ये देखो ओए भैया मुझे लगाना पड़ा है, और मेरे पास आर भी नहीं थे यार, लेवल भी नहीं था मेरे पास, थोड़ा भी नहीं था, हैं झूठ बोलो, बार बार झूठ बोलो, सारे अब मुझे लगता है ना मुझे लगाना पड़ेगा, मुझे ना लगाना पै गया है, वरना ये बोरी का मसाला ख़राब हो जाना है, मैंने बड़ा मना किया, मैंने कहा था यार ऐसा ना करो तुम, तो बात थारा मूड ख़राब कर, ओहो इतना बसूरा आई आई आऊँ, हाँ भाई नहीं माना ना फिर तुम्हें, अभी टाइम जो है टाइम हो गया 2:09 हो गए हैं, और ये मैंने 3 घंटे में मैं लगा पाऊंगा कि नहीं, मुझे नहीं लगता, मुझे नहीं लगता, मुझे नहीं लगता, मुझे नहीं लगता, मुझे लगता नहीं नहीं हैं, और तू बाद नहीं आया है, और मुझे भूख भी लगी हुई थी, हैं ये क्या निकला वो है? नोपल ये वही जो निकला है, ये बोरी से निकला है, वो बोरी में से डंबल निकला है, ये कीता है, और मैंने जिंदगी में क्या कीता है वो शायरी है, चलो जी लगाते हैं फिर मार्बल, लेवल शेवल मैं अपना लेवल किधर है, वो ये बड़ा हुआ है, अब जो चीज़ भी पकारी जाती है ना वो सामने आ जाती है, फार्मूला डी ऊपर तो सीलिंग वाले ने भी रोला डाला हुआ है, मशीन चलाई हुई है सीलिंग वाले ने, उसका शोर है बहुत ज़्यादा, आ रा रही रा चल भाई एक हाथ में मोबाइल पकड़ लिया हुआ है, और दूसरे हाथ में लेवल पकड़ लिया है, मैं पानी डालने लगा हूँ, अच्छा भाई ये नाम एक मैंने इतना छोड़ दिया है, दूसरा हिस्सा मैंने ये टूटी में दे दिया है, और मैंने अब टूटी खोल ली है, एक हाथ खोल जाएगी और खोल गई, ओए ओ पानी निकल रहा है लेवल में, तो ये देसी तरीका है पानी डालने का लेवल में, अब मैंने टूटी बंद कर दी है और मैंने लेवल पकड़ लिया है, अब जाकर रोशनी में देखते हैं, देखते हैं ये वाटर नज़र आ रहा है आपको, इधर ये लेवल पे है ना, लेवल पे लेवल पे, अब लेवल पे हमने इधर लगाने हैं निशान, एक इधर लगना है, एक इधर लगना है, और एक इधर लगना है, 3 निशान लगने हैं, और फिर मैंने अन्नी डाल देनी है, देखना है। वीडियो शेयर करूं, थोड़ी सी शेयर करूंगा, मार्बल लगाते हुए लंबी हो जाती है ना वीडियो, बहुत ऐसे लंबी हो जाती है, तो मिलते हैं फिर मार्बल लगाते हुए।
अच्छा जी ये लगा लिया हमने मार्बल, इतना ही टाइम लगा है हमको, ये लगा लिया, लगा लिया कितना लगा लिया हमने पता नहीं कितना लगा लिया, पर लगा लिया। शाम की जान हो गई, अब हमने हमारा मसाला भी ख़त्म हो गया, हमने ज़ार धो लिए और अब जाने लगे हम। अच्छा गाइस मिलते हैं ऐसे ही मीठे से एक नेक्स्ट व्लॉग में, और अब तक के लिए हम जा जाते हैं और बाय बाय बाय।